स्वागत है पीटीसी न्यूज़ में सारे दर्शकों का। मैं हरप्रीत सिंह। चोणां नूं हुण कुछ दिन कह लो या कुछ घंटे कह लो रह गए ने। आखिरी हले सारियां पोलिटिकल पार्टियां पूरा जोर लांदियां ने कि आखिरी वेला हुंदा है जो तुसी वोटरां तक अपनी गल पहुँचा सको, अपना विजन दस सको। इस करके सियासतदान भी खासे बिजी हुंदे ने। इस करके सियासतदानां दे नाल इंटरव्यू करनी भी बड़ी मुश्किल हो जाती है। अज्ज असीं इंटरव्यू कर रहे हैं श्रोमणी अकाली दल के प्रधान सुखबीर सिंह बादल होरां दी, और इन्हां कोल टाइम बहुत घट है, इस करके गड्डी दे विच ही इन्हां दे नाल इंटरव्यू कर रहे हैं। बल साहब बहुत बहुत स्वागत है। बल साहब, सब तो पहला सवाल, तुसीं मैनूं लगता है कि एक वाहद सियासतदान अजिहा होणा पंजाब दा जिन्हें पंजाब दे विच तीन तीन बार गेड़ा मार लिया पूरे पंजाब दे विच, इस तिने गेड़ियां दे विच तुहानूं फर्क की नज़र आया और अंतले समय दे विच किद्दां दी तुहानूं हवा लग रही है? मैं तकरीबन 14 या 15 अगस्त नूं मैं शुरू कीता सी पहली गल पंजाब दी, ते अज देख लो किन्ने महीने हो गए। एक एक कॉन्स्टिट्यूएंसी च कई बार 2 बार, किसी नूं 3 बार, किसी नूं 4 बार। देखो लोकां दे विच जे उम्मीद है तां अकाली दल दी है, क्योंकि अकाली दल पंजाबियां दी आवाज़ है, पंजाबियों की पार्टी है, पंजाब की माहौल में समझती है किवें पंजाब नू बचाना है, किवें भाईचारे सांझ रखनी है, किवें अमन शांति रखनी है। आ सोच अकाली दल की है। जिहड़ियां दूजियां पार्टियां हुण जिवें अरविंद केजरीवाल है, उन्हूं की सोच बारे पता है? हुण इत्थे आके बयान दिंदा है, पर स्लोगन तो उन्हां दा है ना कि तुसीं अकाली दल भी वरत के देख लिया, तुसीं कांग्रेस भी देख ली, एक मौका सानू दिओ, तुसीं सानू क्यों नहीं दे सकदे? एक मौका कहिंदे उन्हां नूं दिओ, टिकटां किहनूं दित्तियां? 117 ਵਿੱਚੋਂ 65 ਦਲ ਬਦਲੂਆਂ ਨੂੰ, ਕੀ ਦਲ ਬਦਲੂਆਂ ਦੇ ਜਿਹੜੇ ਵੱਖੋ ਵੱਖ ਪਾਰਟੀਆਂ ਜਿਹੜੇ ਆਪਣੇ ਪਾਰਟੀ ਦੇ ਵਫਾਦਾਰ ਤਾਂ ਹੋਏ ਨਹੀਂ, ਤੇ ਕੀ ਆ ਪੰਜਾਬ ਦੇ ਵਫਾਦਾਰ ਹੋਣਗੇ? ਜਿਹਦਾ ਕੋਈ ਬੇਸ ਨਹੀਂ ਹੈ, ਕੈਰੇਕਟਰ ਨਹੀਂ ਹੈ, ਆਮ ਆਦਮੀ ਕੀ ਹੈ? ਸਾਰੇ ਦਲ ਬਦਲੂ ਇਕੱਠੇ ਹੋਏ ਹੈ। ਹੁਣ 65 ਸੀਟਾਂ 'ਚ ਦਲ ਬਦਲੂ ਹੈ, ਕਹਿੰਦੇ ਕੀ ਸੀ ਕਿ ਅਸੀਂ ਜੀ ਰੇਹੜੀ ਵਾਲੇ ਨੂੰ ਦੇਵਾਂਗੇ, ਕਿਸੇ ਹੋਰ ਪਾਰਟੀ ਤੋਂ ਆਏ ਬੰਦੇ ਨੂੰ ਨਹੀਂ ਦਾਂਗੇ, ਨਹੀਂ ਦੇਵਾਂਗੇ। ਸਾਰੇ ਉਹ ਕਰ ਲਿਆ, ਹੁਣ ਟਿਕਟਾਂ ਕਿਹਨੂੰ ਦਿੱਤੀਆਂ? ਕੁਲਵੰਤ ਸਿੰਘ ਪੈਸੇ ਦੇ ਦੇ, ਕਰੋੜ ਕਰੋੜ, ਦੋ ਦੋ ਕਰੋੜ, 10-10 ਕਰੋੜ ਟਿਕਟਾਂ ਦੇ ਕੇ ਪੈਸੇ ਦੇਖੇ ਇਹਨਾਂ ਨੇ, ਉਮੀਦਵਾਰ ਇਕੱਠੇ ਕੀਤੇ ਹੈ। ਸੋ ਜਿਹੜੀ ਪਾਰਟੀ ਦਾ ਕੈਰੇਕਟਰ ਹੀ ਨਹੀਂ, ਜਿਹੜੇ ਪੈਸੇ ਸੀਟਾਂ ਵੇਚਦੀ ਹੈ, ਉਹ ਪਾਰਟੀ ਲੋਕਾਂ ਦੀ ਕੀ ਲੜਾਈ ਲੜੂਗੀ? ਨਾਲੇ ਕੇਜਰੀਵਾਲ ਨੂੰ ਇਮੋਸ਼ਨਲੀ ਪੰਜਾਬ ਨਾਲ ਜੁੜਿਆ, ਜਿਵੇਂ ਅਸੀਂ ਇਮੋਸ਼ਨਲੀ ਪੰਜਾਬ ਨਾਲ ਜੁੜੇ ਹਾਂ। ਪੰਜਾਬ ਵਾਸਤੇ, ਪੰਜਾਬੀ ਵਾਸਤੇ ਮੇਰੇ ਪਿਤਾ ਨੇ 16 ਸਾਲ ਜੇਲ੍ਹ ਕੱਟੀ ਹੈ। ਕੇਜਰੀਵਾਲ ਤਾਂ 5 ਮਿੰਟ ਨਹੀਂ ਸੰਘਰਸ਼ ਕਰਦਾ। ਕੇਜਰੀਵਾਲ ਲਗਾਤਾਰ ਇਹ ਕਹਿ ਰਹੇ ਨੇ, ਤੁਹਾਡੀਆਂ ਗੱਲਾਂ ਤੋਂ ਵੀ ਝਲਕ ਰਿਹਾ ਕਿ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਸਾਰੇ ਸਾਡੇ ਮਗਰ ਪਏ ਹੋਏ ਨੇ, ਸਾਰਿਆਂ ਨੇ ਤਹੀਆ ਕਰ ਲਿਆ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਆਣ ਦੇਣਾ। ਨਹੀਂ ਨਹੀਂ, ਮੈਂ ਕਿਹਾ ਸੀ ਤੁਹਾਡੀ ਫਾਈਟ ਆਪ ਦੇ ਨਾਲ ਹੈ ਜਾਂ ਤੁਹਾਡੀ ਕਾਂਗਰਸ ਨਾਲ ਹੈ? ਸਾਡੀ ਫਾਈਟ, ਅਸੀਂ ਫਾਈਨਲ 'ਚ ਹੈ ਹਰ ਸੀਟ 'ਚ। 117 'ਚੋਂ ਮੈਂ ਕਹਿੰਦਾ 7-8 ਸੀਟਾਂ ਜਿੱਥੇ ਅਸੀਂ ਨਹੀਂ ਹਾਂ ਫਾਈਟ 'ਚ, ਐਟਲੀਸਟ 107 ਸੀਟਾਂ ਇਹੋ ਜਿਹੀਆਂ ਜਿੱਥੇ ਅਸੀਂ ਫਾਈਨਲ 'ਚ ਆਲਰੇਡੀ ਹੈ। ਇਹਨਾਂ ਦੋਨਾਂ 'ਚੋਂ ਕੋਈ ਲੜਾਈ ਲੜ ਕੇ ਉੱਤੇ ਸੈਕਿੰਡ ਜਾਂ ਥਰਡ 'ਚੋਂ ਕੋਈ ਆਉਣਗੇ, ਸਾਡੀ ਕਿਤੇ ਆਮ ਨਾ ਕਿਤੇ ਕਾਂਗਰਸ ਨਾਲ। ਕਾਂਗਰਸ ਬਿਲਕੁਲ ਕਲੈਪਸ ਕਰ ਗਈ ਹੈ। ਹੋ ਕੀ ਰਿਹਾ ਪੰਜਾਬ 'ਚ ਕਿ ਕਾਂਗਰਸ ਤੇ ਲੋਕ ਇੰਨੇ ਗਫਾ ਹੋ ਗਏ ਹੈ ਕਿ ਜਿਹੜੇ ਕਾਂਗਰਸੀ ਹੈ, ਪੁਰਾਣੇ ਕਾਂਗਰਸੀ ਜਿਹਨਾਂ ਦੀ ਸਦਾ ਲੜਾਈ ਅਕਾਲੀ ਦਲ ਰਹੀ ਹੈ, ਉਹ ਉਹਨਾਂ ਨੇ ਕੀ ਕੀਤਾ? ਲਛਮਣੀ ਸ਼ਰਮਾ ਵੀ ਰਿਜ਼ਾਈਨ ਕਰ ਗਏ। ਨਹੀਂ, ਉਹਨਾਂ ਨੇ ਉਹਨਾਂ ਨੇ ਕੀ ਕਰ ਰਹੇ ਹੈ? ਅਕਾਲੀ ਦਲ ਨੂੰ ਤਾਂ ਪਾਉਣੀ ਨਹੀਂ, ਕਹਿੰਦੇ ਆਪ ਨੂੰ ਪਾ ਦਿਓ, ਕੈਂਡੀਡੇਟ ਵੀ ਨਹੀਂ ਦੇਖ ਰਹੇ ਕੌਣ ਹੈ, ਆਪ ਨੂੰ ਦੇ ਦਿਓ। ਸੋ ਕਾਂਗਰਸ ਦੀ ਕੋਈ ਵੋਟ ਆਪ ਨੂੰ ਚਲੀ ਜਾ ਰਹੀ ਹੈ, ਪਰ ਉਨੀ ਵੋਟ ਹੈ ਹੀ ਨਹੀਂ ਆਪ ਕੋਲੇ, ਕਿਉਂਕਿ ਆਪ ਦਾ ਬੇਸ ਹੈ ਨਹੀਂ ਪੰਜਾਬ 'ਚ। ਮੈਂ ਮੇਰਾ ਅਗਲਾ ਸਵਾਲ ਉਹੀ ਸੀਗਾ, ਬੜੇ ਸਾਰੇ ਸਿਆਸਤਦਾਨ ਮਾਹਰ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਇਸ ਵਾਰ ਉਹ ਪਾਰਟੀ ਅੱਗੇ ਆਏਗੀ ਜਿਹਦਾ ਕਾਡਰ ਹੈ, ਜਿਹਦਾ ਵਰਕਰ ਹੈ, ਜਿਹਦਾ ਬੇਸ ਹੈਗਾ। ਪਰ ਸਵਾਲ ਇਹ ਖੜਾ ਹੁੰਦਾ, ਕਾਡਰ ਵਰਕਰ ਬੇਸ ਤਾਂ ਦੋਵੇਂ ਪਾਰਟੀਆਂ ਦਾ, ਤੁਹਾਡੀ ਪਾਰਟੀ ਦਾ ਵੀ ਹੈ, ਕਾਂਗਰਸ ਦਾ ਵੀ ਹੈ, ਮੰਨਿਆ ਆਮ ਆਦਮੀ ਪਾਰਟੀ ਦਾ ਉਹਨਾਂ ਨਹੀਂ ਹੈ, ਫਿਰ ਤੁਹਾਡੀ ਫਾਈਟ ਕਾਂਗਰਸ ਦੇ ਨਾਲ ਹੈ ਕਾਡਰ ਵਾਈਸ? ਸਾਡਾ ਕਾਡਰ ਇੰਟੈਕਟ ਇਕੱਠੇ ਹੈ, ਫਾਈਟਿੰਗ ਸਪਿਰਿਟ 'ਚ ਹੈ, ਪੂਰਾ ਐ ਜੋਸ਼ 'ਚ ਹੈ। ਕਾਂਗਰਸ ਦਾ ਕਾਡਰ ਖਿਲਰ ਗਿਆ, ਉਹ ਜੇ ਖਿਲ ਰਿਹਾ ਕਾਡਰ ਆਪ ਨੂੰ ਜਾ ਰਿਹਾ। ਸੋ ਜਿਹੜੀ ਹੈ ਨਾ ਜਿਹੜੀ ਨੁਕਸਾਨ ਨਹੀਂ, ਜੇ ਆਪ ਨੂੰ ਜਾਊਗਾ ਫਿਰ ਤੁਹਾਡਾ ਮੁਕਾਬਲਾ ਕਿਹਦੇ ਨਾਲ? ਪਰ ਕਿੰਨਾ ਜਾਂਦਾ? 20% ਜਾਂਦਾ 80 'ਚੋਂ, 100 'ਚੋਂ 30% ਜਾਂਦਾ, ਪਰ ਉੱਥੇ ਕਿਤੇ ਉੱਥੋਂ ਜਾ ਕੇ ਬੀਜੇਪੀ ਨੂੰ ਵੀ ਜਾ ਰਿਹਾ ਕੋਈ ਕਾਂਗਰਸ ਦਾ ਕਾਡਰ, ਕੋਈ ਕਾਂਗਰਸ ਦਾ ਕਾਡਰ ਕਿਸਾਨ ਯੂਨੀਅਨ ਵੀ ਜਾ ਰਿਹਾ। ਸੋ ਉਹਦਾ ਵੰਡਿਆ ਜਾ ਰਿਹਾ, ਪਰ ਸਾਡਾ ਜਿਹੜਾ ਕਾਡਰ ਹੈ ਬੜਾ ਇੰਟੈਕਟ ਹੈ। ਸੁਖਬੀਰ ਜੀ, ਤੁਸੀਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਆਏ ਹੋ, ਕੱਲ੍ਹ ਤੁਸੀਂ ਚੋਣ ਮੈਨੀਫੈਸਟੋ ਵੀ ਰਿਲੀਜ਼ ਕੀਤਾ, ਜਿਹੜਾ ਚੋਣ ਮੈਨੀਫੈਸਟੋ ਤੁਸੀਂ ਬਣਾਇਆ, ਉਮੀਦ ਕਰਦੇ ਹਾਂ ਕਿ ਧਰਾਤਲ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਹੋਇਆ ਬਣਾਇਆ ਹੋਗਾ। ਅਕਸਰ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਕਿ ਇਸੀ ਕਮਰੇ 'ਚ ਬਹਿ ਕੇ ਤੁਸੀਂ ਮੈਨੀਫੈਸਟੋ ਬਣਾ ਦਿੰਦੇ ਹੋ ਜਿਹੜਾ ਲਾਗੂ ਨਹੀਂ ਹੁੰਦਾ। ਮੈਨੀਫੈਸਟੋ ਦੀ ਸਭ ਤੋਂ ਵੱਡੀ ਗੱਲ ਮੈਂ ਚੁੱਕ ਲੈਂਦਾ, ਤੁਸੀਂ ਕਹਿ ਰਹੇ ਹੋ ਕਿ ਇੱਕ ਬਿੱਲ 'ਤੇ
चलो सत्तर रुपए यूनिट ला लो या छे रुपए यूनिट ला लो तां भी एक इन्ना वड्डा अमाउंट बन जांदा है इन्ना वड्डा अमाउंट आएगा कित्थों मैं दस्सदा असीं जिहड़ी सबसिडी दे रहे हैं ना वो कैश दे रहे हैं अज 14,000 करोड़ हाँ ठीक है मैं कैश सबसिडी नहीं देनी मैं पंजाब एनर्जी डेवलपमेंट कारपोरेशन तो सोलर प्लांट ला देने ठीक है असीं बिजली देवांगे पर इन्ने सोलर प्लांट रातों रात किवें बदल छे महीने च लग जांदा सोलर प्लांट सोलर टेक्नोलॉजी अजकल बहुत डेवलप हो गई इतनी खपत पूरी हो जाएगी जितनी पंजाब दी खपत है जितनी मर्जी तुसी 10,000 मेगावाट दा सोलर प्लांट ला लो थोनू 20,000 करोड़ लगना है 22,000 करोड़ ते उहदे च अस तुसी तां कल्ला 2,000 करोड़ देना है बाकी बैंक फंडिंग है वो कंपनी ने आके सेट कर देना है असीं की देवांगे बिजली देवांगे ओ फिर रौला रनिंग रौला उम्मीद ना ना पैजे की फिक्स चार्जेस फिर देने पै रहे जी सोलर ते फिक्स चार्जेस हुंदे नहीं मैं कह रहा वैसे नहीं नहीं सोलर की है फिक्स चार्जेस हुंदे है क्योंकि तुसी इंप्लॉइज सारे रख दे तुहाडे खर्चे हैं सारे खर्चे सारे हैं इत्थे है नहीं फिक्स चार्जेस इत्थे तां कल्ला सूरज है कोई कोला नहीं लेना या कोई कुछ नहीं करना और वो सारी उम्र जब तक धरती है सो धरती है तो 20 साल गारंटी देंदे कंपनियां मेंटेन भी वो करते हैं सो असी बिजली देवांगे जिहड़ा असी कैश 14,000 करोड़ 1400 करोड़ रुपए बचा लोगे वो मेरा एम ही वो है कि वो पैसा बचा के फिर अपन कोई इंफ्रास्ट्रक्चर ते लावांगे कोई वेलफेयर स्कीम ते लावांगे।